ਬਰਨਾਲਾ ਦੀ ਲੱਕੀ ਕਲੋਨੀ ਉੱਪਰ ਦੀ ਲੰਘ ਰਹੀ 66 ਕੇਵੀ ਹਾਈ ਵੋਲਟੇਜ ਸ਼ਹਿਰ ਵਾਸੀਆਂ ਲਈ ਜਾਨਾਂ ਦਾ ਖੌਅ ਬਣ ਚੁੱਕੀ ਹੈ। ਇਹਨਾਂ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਵਿਅਕਤੀ 90% ਤੱਕ ਝੁਲਸ ਗਿਆ। ਜ਼ਖਮੀ ਵਿਅਕਤੀ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਬਰਨਾਲਾ ਦੀ ਲੱਕੀ ਕਲੋਨੀ ਉੱਪਰ ਦੀ ਲੰਘ ਰਹੀ 66 ਕੇਵੀ ਦੀ ਹਾਈ ਵੋਲਟੇਜ ਦੀ ਲਪੇਟ ਵਿੱਚ ਆ ਕੇ ਵਿਨੋਦ ਕੁਮਾਰ ਨਾਮੀ ਵਿਅਕਤੀ ਦੀ ਸਰੀਰ 90% ਜਲ ਗਿਆ। ਜ਼ਖਮੀ ਵਿਅਕਤੀ ਦੀ ਗੰਭੀਰ ਹਾਲਤ ਦੇਖਦਿਆਂ ਉਸ ਨੂੰ ਇਲਾਜ ਲਈ ਚੰਡੀਗੜ੍ਹ ਭੇਜ ਦਿੱਤਾ। ਵਿਨੋਦ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਸਵੇਰ ਵੇਲੇ ਘਰ ਦੀ ਛੱਤ 'ਤੇ ਗਿਆ ਸੀ ਅਤੇ ਹਾਈ ਵੋਲਟੇਜ ਬਿਜਲੀ ਨੇ ਉਸ ਨੂੰ ਉੱਪਰ ਖਿੱਚ ਲਿਆ ਅਤੇ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਕਲੋਨੀ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਿਜਲੀ ਮਹਿਕਮੇ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਤੱਕ ਇਹਨਾਂ ਹਾਈ ਵੋਲਟੇਜ ਤਾਰਾਂ 'ਤੇ 15 ਤੋਂ 20 ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ 'ਚ ਬੱਚੇ ਸ਼ਾਮਲ ਹਨ। ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਤਾਰਾਂ ਨੇ ਅਨੇਕਾਂ ਲੋਕਾਂ ਨੂੰ ਸਦਾ ਲਈ ਅੰਗਹੀਣ ਵੀ ਬਣਾ ਦਿੱਤਾ। ਬਰਨਾਲਾ ਦੀ ਇਸ ਕਲੋਨੀ ਵਾਸੀਆਂ ਨੇ ਇਹ ਤਾਰਾਂ ਤੁਰੰਤ ਰਿਹਾਇਸ਼ੀ ਇਲਾਕੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਪਹਿਲਾਂ ਵੀ ਇਹੀ ਤਾਰਾਂ ਦੇ ਨਾਲ ਹੀ ਬੱਚੇ ਖੇਡਦੇ ਸੀਗੇ, ਮੈਨੂੰ ਲੱਗਦਾ ਕੋਈ ਲੋਹੇ ਦੀ ਬੱਚੇ ਕੋਲ ਚੀਜ਼ ਸੀਗੀ, ਉਹ ਟੱਚ ਕਰੀ ਸੀਗੀ ਅਤੇ ਉਹਨਾਂ ਨੇ ਅੱਗ ਪਕੜ ਲਈ ਸੀਗੀ, ਉਦੋਂ ਬੱਚੇ ਮੱਚ ਗਏ ਸੀਗੇ। ਕਿੰਨੇ ਹਾਦਸੇ ਹੋ ਚੁੱਕੇ ਜੀ ਇੱਥੇ? ਚਾਂਸੇ ਇੱਥੇ ਉਸ ਤੋਂ ਬਾਅਦ ਇੱਕ ਮਿਸਤਰੀਆਂ ਦੇ ਮਜ਼ਦੂਰ ਨੂੰ ਹੋਈ ਸੀਗੀ, ਇਸ ਤਰ੍ਹਾਂ ਲੈਂਟਰ ਪਾਉਂਦੀ ਹੋਈ ਸੀ, ਸਰੀਆਂ ਟੱਚ ਕਰ ਗਿਆ ਸੀਗਾ। ਉਹਨਾਂ ਤੀਸਰਾ ਕੇਸ ਹੈ, ਦੇਖ ਲਓ ਵੀ ਇੱਕ ਕੱਪੜਾ ਪਾਉਣ ਨਾਲ ਵੀ ਐਡਾ ਵੱਡਾ ਨੁਕਸਾਨ ਹੋਇਆ। ਪਹਿਲਾਂ ਕਿਤੇ ਬਹੁਤ ਕੀਤੇ ਜੀ, ਬਹੁਤ ਕੀਤੀਆਂ ਸੀਗੀਆਂ, ਕਿਸੇ ਨੇ ਕੋਈ ਲਈ ਸੁਣਵਾਈ ਉਹ ਨਹੀਂ ਕੀਤੀ ਹੈਗੀ ਇਹ ਗੱਲ ਦੀ। ਅਸੀਂ ਤਾਂ ਇੰਨਾ ਵੀ ਕਹਿਤਾ ਸੀ ਘਰ ਚੇਂਜ ਕਰ ਲਓ ਵੀ ਵੇਚ ਦੋ ਨੇ, ਜਿੰਨੇ ਦਾ ਵਿੱਚ ਵਿਕਦਾ ਹੋਰ ਕਿਤੇ ਲੈ ਲਓ। ਇਹ ਮਾਲੇ ਚਾਂਸਾਂ ਜੀ ਬਹੁਤ ਹੋ ਚੁੱਕੇ ਜੀ, ਬਹੁਤ ਜ਼ਿਆਦਾ ਹੋ ਚੁੱਕੇ, ਇੱਕ ਨਹੀਂ ਹੋਇਆ, ਦੇਖਦੇ ਦੇਖਦੇ ਬਹੁਤ ਚਾਂਸ ਹੋ ਗਏ। ਬਥੇਰੀਆਂ ਐਪਲੀਕੇਸ਼ਨਾਂ ਦੇ ਚੁੱਕੇ ਲਾਈਟ ਵਾਲੇ ਵੀ, ਇਹ ਖੁਦ ਇੱਥੇ ਚਾਂਸ ਦੇ ਆਹ 25 ਬੰਦੇ ਖੜੇ ਗਏ ਇੱਥੋਂ, ਕੋਈ ਸੁਣਵਾਈ ਨਹੀਂ। ਕੁਝ ਬਹੁਤ ਵੀ ਤਾਰਾਂ ਅਸੀਂ ਉੱਚੀਆਂ ਕਰਦੇ ਜਾਂ ਕੱਢ ਦਈਏ, ਆਹ ਤਾਰ ਹੁਣ ਚੱਲ ਲਾਈਟ ਚਾਲੂ ਕਰਕੇ ਤਾਰ ਕੱਟ ਗਏ ਇੱਧਰ ਲਈ। ਮਤਲਬ ਐਂ ਨਹੀਂ ਸੋਚਦੇ ਵੀ ਇੱਥੇ ਪਬਲਿਕ ਇੰਨੀ ਰਹਿੰਦੀ ਆ ਨੀਚੇ ਵੀ ਉਹਨਾਂ ਬਾਰੇ ਵੀ ਅਸੀਂ ਸੋਚੀਏ ਕੁਛ। ਕੀ ਹੋਇਆ ਅੱਜ? ਇਹ ਬੰਦਾ ਉੱਪਰ ਕੋਠੇ ਫਿਰਦਾ ਸੀਗਾ, ਹੁਣ ਕੰਬਲ ਸੀ ਉਹਦੇ ਕੋਲੇ, ਕੁਛ ਪਾਉਣ ਲੱਗਿਆ ਕੋਠੇ 'ਤੇ, ਉਹ ਟੱਚ ਕਰ ਗਿਆ ਜੀ ਨਾਲ, ਟੱਚ ਕਰਦੇ ਨਾਲ ਉਹ ਬੰਦਾ ਸੜ ਚੁੱਕਿਆ ਜਮਾਂ ਜੀ, 90% ਬੰਦਾ ਸੜ ਚੁੱਕਿਆ ਇਸ ਟਾਈਮ। ਕਿੰਨੇ ਚਾਂਸ ਹੋ ਚੁੱਕੇ ਹੁਣ ਤੱਕ? ਚਾਂਸ ਮੇਰੇ ਦੇਖਦੇ ਸੀ 9 ਚਾਂਸ ਹੋ ਚੁੱਕੇ ਜੀ ਮੇਰੇ ਦੇਖਦੇ ਦੇਖਦੇ। ਮੈਂ 2002 ਦਾ ਆਇਆ, ਮੈਂ 9 ਚਾਂਸ ਮੇਰੇ ਹੁੰਦੇ ਹੁੰਦੇ ਦੇਖ ਲਏ, ਔਰ ਮੌਤ ਤਾਂ ਹੋਈਆਂ ਮੇਰੇ ਸਾਹਮਣੇ ਜੀ। ਐਕਸੀਡੈਂਟ ਹੋਇਆ, ਡਿਟੇਲਡ ਆਈ ਕਾਂਟ ਕਮੈਂਟ ਰਾਈਟ ਨਾਓ ਬਿਕੋਜ਼ ਹੁਣੇ ਅਸੀਂ ਬਾਹਰੋਂ ਇੰਸਪੈਕਸ਼ਨ ਰਿਸੀਵ ਕਰ ਰਹੇ ਸੀ, ਹੁਣੇ ਦਫ਼ਤਰ ਪਹੁੰਚੇ। ਆਈ ਐਮ ਗੋਇੰਗ ਟੂ ਦਾ ਸਾਈਟ, ਡਿਟੇਲ ਚੈੱਕ ਕਰਦੇ ਹਾਂ ਅਸੀਂ ਜੋ ਵੀ ਇੰਸੀਡੈਂਟ ਹੋਇਆ, ਐਂਡ ਅਕੋਰਡਿੰਗਲੀ ਵੀ ਵਿਲ ਟੇਕ ਐਕਸ਼ਨ ਜੀ। ਇਹਦੇ ਰਿਗਾਰਡਿੰਗ ਆਲਰੇਡੀ ਇੱਕ ਕਮੇਟੀ ਬਣੀ ਹੋਈ ਹੈ, ਔਰ ਇਹਦਾ ਲਾਈਨ ਦਾ ਸਰਵੇ ਵੀ ਆਲਮੋਸਟ ਕੰਪਲੀਟ ਹੋ ਗਿਆ। ਜੋ ਵੀ ਬੈਸਟ ਪੋਸੀਬਲ ਰੂਟ ਹੋਏਗਾ ਇਹ ਹਾਇਰ ਅਥਾਰਟੀਜ਼ ਦੇ ਧਿਆਨ ਵਿੱਚ ਹੈਗਾ, ਐਂਡ ਐਕਸ਼ਨ ਇਜ਼ ਬੀ। ਬਰਨਾਲਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ।